अगला पूरिया करूगा हद हो ही पई है की गल ओ भी चुप जे कर गए हां आ गए बी की कर गए हम करना की है मलंगा नू जवाब दो बई फोन लाओ तुसी जिहड़े अज गड्डियां मंगियां दे अपनी कुड़ी कित्थों बसा लैणगे ओह जवाब दे दो उहनां नू ओह कोई गल नहीं जवाब भी देवांगे पहला मेरी गल सुन तू मैनूं फोन ला के दे मैं करदा उहनां दी धरना टिकाणे ठीक है फोन तां ला के दिंदे ओ हुण पति वाले आनंद तां देणी पैणगी बेइज्जती तां अपनी हो जू ओह किधरे नहीं बेइज्जती हुंदी मैं नंबर ला के दिंदा तुसीं गल करो बाई नूं फड़ा दे असीं की गल करांगे हैलो हाँ जी भाई सत श्री अकाल मैं कुड़ी दा ताया बोलदा हाँ हाँ ठीक है गल तां भाई आए आ कल तुसी फेर फोन करता आओ सानू फिर दसो ना भी केड़ी गड्डी चाहीदी आए रोज रोज थोड़ी बंदा नाले कहना हुंदा आए कोई पैसे टके दा भी इंतजाम करना हुंदा भाई आए तुहानू पता है खड़े पैर होना है पैसे घरे थोड़ी पए हुंदे ने किसे तो फड़ांगे फेर ही है वो तो ठीक है चल आए दसो तुसी केड़ी गड्डी चाहिए सोनू कोई गल नहीं कोई नहीं भाई ब्रिजा देवांगे असी चलो ठीक है कोई गल नहीं बस तुसी आपदी करो तैयारी ओके चंगा भाई सत श्री अकाल चाबी फड़ाई जाना फिकर क्यों कर दी तू जिम्मे मैं करी जाना मेरे मगर मगर तुसी बस ओवें करी जाओ ओ तां ठीक है जी फिर भी अपने पिंड च बेइज्जती हो जू जे आपां मौके ते जवाब देवांगे ओ फिकर ना कर कोई बेइज्जती नहीं हुंदी सारा कुछ वधिया होऊगा टेंशन ना लै तू एवें भाई तेरे हुंदे टेंशन तां सानूं है नहीं पर फिर भी एड्डी वड्डी गड्डी आ इट्टे टाइम आपां कित्थों लियावांगे सही गल ओ मैं कदों उहनूं गड्डी दिंदे आ एवें ना तुसीं ओह करी चलो कोई नहीं चल कोई ना भाई फिर चल ठीक है भाई जिवें थोड़ी चंगा लगदा चाह पी लो इन्ने पी लांगे चाह तां जिहड़ा चाह पीण नूं भी जी नहीं करदा कल दा मैनूं तां ना बस आई उबला चुबली लगी पिया वी बणूगा की ओ क्यों टेंशन लैती है तुसीं जदों थोनूं कहता ਆਪਾਂ ਕਿਸੇ ਨੂੰ ਕੁਛ ਨਹੀਂ ਦੇਣਾ ਹੈਗਾ ਤੇ ਨਾਲੇ ਆਪਣੀ ਕੁੜੀ ਦਾ ਵਿਆਹ ਵੀ ਪੂਰੇ ਟੌਪ ਦਾ ਕਰਾਂਗੇ ਆਪਾਂ ਫਿਕਰ ਨਾ ਕਰ ਤੂੰ ਚੱਲ ਬਈ ਆ ਜਾ ਆਪਾਂ ਕੰਮ ਕਰੀਏ ਕੋਈ ਚੱਲ ਠੀਕ ਹੈ ਹੈ ਨਹੀਂ ਅਮਨ ਬਾਈ ਤਾਂ ਆਏ ਹਾਂ ਕਰਕੇ ਵਗ ਗਏ ਤਾਂ ਕਰਜਾਈ ਹੋ ਜੀ ਉਹਨੂੰ ਸਮਝਾ ਕੁਸ ਨਾਲੇ ਕਹਿੰਦਾ ਮੈਂ ਗੱਡੀ ਦਿੰਦਾ ਨਹੀਂ ਨਾਲੇ ਉਹਨਾਂ ਨੂੰ ਹਾਂ ਕਰਤੀ ਅਗਲੇ ਨੂੰ ਕੋਈ ਨਾ ਕੋਈ ਤਾਂ ਫਿਰ ਇਹਦੇ ਦਿਮਾਗ 'ਚ ਕੋਈ ਗੱਲ ਚੱਲੀ ਜਾਂਦੀ ਹੈ ਇਹ ਤਾਂ ਹੈ ਨਹੀਂ ਗਾ ਵੀ ਇਹ ਕੁੜੀ ਦਾ ਨਹੀਂ ਕਰਦਾ ਜਾਂ ਉਹਨਾਂ ਨੂੰ ਫਿਰ ਗੱਡੀ ਦੇਊਗਾ ਕੋਈ ਨਾ ਕੋਈ ਹੱਲ ਤਾਂ ਇਹ ਕੱਢੂਗਾ ਕੀ ਪਤਾ ਉਹਨਾਂ ਨੂੰ ਕੋਈ ਸਬਕ ਹੀ ਸਿਖਾ ਦੇ ਨੀ ਭੈਣੇ ਗੱਲ ਤਾਂ ਠੀਕ ਆ ਬਾਈ ਦੀ ਖਬਰਾਂ ਕਿਹੜਾ ਸਬਕ ਸਿਖਾਊਗਾ ਪਰ ਮੈਨੂੰ ਤਾਂ ਡਰ ਲੱਗ ਗਿਆ ਨਾ ਵੀ ਹੁਣ ਤਾਂ ਨੰਦਾ ਦੀ ਟੈਨਸ਼ਨ ਰਹੇਗੀ ਭੈਣੇ ਵਿੱਚ ਸਹੀ ਗੱਲ ਹੈਗੀ ਹੁਣ ਜਿੰਨਾ ਚਿਰ ਕੋਈ ਕੁੜੀ ਦੇ ਨੰਦ ਦੇ ਕੇ ਤੋਰਦੇ ਨਹੀਂ ਉਨਾ ਚਿਰ ਫਿਕਰ ਪਏਗੀ ਸਿਆਪਾ ਖੜਾ ਕਰਤਾ ਇਹੋ ਜਿਹੀਆਂ ਬੁੜੀਆਂ ਮਰ ਕਿਉਂ ਨਹੀਂ ਜਾਂਦੀਆਂ ਫਿਰ ਉਹੀ ਗੱਲ ਅਗਲਾ ਕਹਿੰਦਾ ਗਾਲਾਂ ਕੱਢਦੇ ਨੇਗੇ ਇਹੋ ਜਿਹੇ ਲਾਲਚੀਆਂ ਨੂੰ ਗਾਲਾਂ ਨਿਕਲ ਜਾਂਦੀਆਂ ਹੁਣ ਗਾਹਾਂ ਐ ਚਿੰਤਾ ਵੀ ਜੇ ਕੁੜੀ ਵਿਆਹ ਕੇ ਤੋਰਦੀ ਹੋਰ ਨਾ ਇਹੋ ਜਿਹੇ ਮਾਰ ਕੇ ਸਿੱਟ ਦੇਣ ਜਵਾਕੜੀ ਨੂੰ ਹੋਰ ਇਹਨਾਂ ਤਾਂ ਲਾਲਚੀਆਂ ਜਿੰਨਾ ਢਿੱਡ ਭਰ ਦੋ ਉਨਾ ਫਿਰ ਮੂਲ ਜਾਣ ਕੇ ਹੋਰ ਅੱਡਣ ਲੱਗ ਜਾਂਦੇ ਆ ਵੀ ਭਰੀ ਚੱਲੋ ਭਰੀ ਚੱਲੋ ਮੈਂ ਤਾਂ ਕਹਿਣੀ ਆ ਤੇਰੇ ਵੀਰੇ ਦੇ ਦਿਮਾਗ 'ਚ ਇਹੋ ਜਿਹੀ ਗੱਲ ਆ ਜੇ ਉਹਨਾਂ ਨੂੰ ਪਰੇ ਜਵਾਬ ਹੀ ਦੇ ਦੇ ਆਪਾਂ ਤਾਂ ਕਿਤੇ ਹੋਰ ਵਿਆਹ ਕੇ ਤੋਰ ਦਾਂਗੇ ਕੋਈ ਵਧੀਆ ਗੱਲ ਹੀ ਸੋਚੀ ਹੋਵੇ ਭਲਾ ਹੋ ਜੇ ਸਾਡੇ ਪਰਿਵਾਰ ਇਹ ਤਾਂ ਬੇਇੱਜ਼ਤੀ ਹੁੰਦੀ ਆ ਹੋ ਜਾਂਦੇ ਕੋਈ ਗੱਲ ਨਹੀਂ ਦੁੜੀਆਂ ਦੇ ਰਸਤੇ ਟੁੱਟਦੇ ਨੇ ਚੱਲ ਕੋਈ ਨਾ ਲੈ ਹੋ ਬੈਠੇ ਮੰਮੀ ਹੋਰੀ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੀਆਂ ਸਵੇਰ ਦੀ ਚਾਹ ਪੀਤੀ ਹੋਈ ਆ ਐਵੇਂ ਵੀ ਨਹੀਂ ਚਾਹ ਪੀ ਲਈ ਉਹਨਾਂ ਨੂੰ ਚਾਹ ਫੜਾ ਹੀ ਆਵਾਂ ਮੈਂ ਲੱਗਦੀ ਉੱਥੇ ਮੈਨੂੰ ਤੋਰੀ ਜਾਂਦੇ ਹੋ ਮੇਰਾ ਜਮਾ ਜੀ ਨਹੀਂ ਕਰਦਾ ਹੈਗਾ ਉਹ ਤਾਂ ਗੱਲ ਠੀਕ ਆ ਪੁੱਤ ਕੀ ਕਰੀਏ ਹੁਣ ਫਿਰ ਤੋਰਨਾ ਤਾਂ ਪਊਗਾ ਹੁਣ ਤੇਰੇ ਤਾਏ ਜੀ ਨੇ ਹਾਂ ਕਰਤੀ ਕੋਈ ਨਹੀਂ ਫਿਰ ਉਹ ਆਪ ਹੀ ਕਰ ਲੂਗਾ ਸਾਰੇ ਹੱਲ ਹੋਰ ਕੀ ਕਰ ਸਕਦੇ ਆ ਹੁਣ
ਮਾਂ ਮੈਂ ਹਜੇ ਵਿਆਹ ਨਹੀਂ ਕਰਾਉਣਾ ਹੈਗਾ, ਤੁਸੀਂ ਮੈਨੂੰ ਰੱਖ ਨਹੀਂ ਸਕਦੇ 2 ਸਾਲ, ਫੇਰ ਕੀ ਹੋ ਗਿਆ ਮੈਂ ਕਿ 2 ਵਾਰੀ ਖਾਂਦੀ ਹਾਂ ਜੀ। ਨਾ ਧੀ ਐਂ ਨਾ ਬੋਲ, ਤੂੰ ਸੁਣਾ ਕੋਈ ਵਧੀਆ ਜਿਹੀ ਗੱਲ ਜਿਹੜੇ ਦੇ ਖਾਨੇ 'ਚ ਪੈ ਜੇ। ਓਹੋ ਖਾਨੇ ਵਾਲੀ ਤਾਂ ਕਿਹੜੀ ਗੱਲ ਹੈ ਪੁੱਤ, ਦੇਖ ਵਿਆਹ ਤਾਂ ਕੁੜੀਆਂ ਦੇ ਕਰਨੇ ਹੁੰਦੇ ਨੇਗੇ, ਕਹਿੰਦੇ ਹੁੰਦੇ ਆ ਸਿਆਣੇ, ਕਹਿੰਦੇ ਧੀਆਂ ਤਾਂ ਰਾਜੇ ਰਾਣਿਆਂ ਨੇ ਰੱਖਿਆ, ਆਪਾਂ ਤਾਂ ਕੌਣ ਆ ਪੁੱਤ, ਅਸੀਂ ਕਿਹੜਾ ਆਈਆਂ ਨਹੀਂ ਹੈਗੀਆਂ ਗੀਆਂ, ਅਸੀਂ ਵੀ ਵਿਆਹ ਕੇ ਆਈਆਂ। ਹਰੇਕ ਧੀ ਆਪਦੇ ਮਾਂ ਪਿਓ ਨੂੰ ਲਾਡੜੀ ਹੁੰਦੀ ਹੈ, ਗੱਲ ਕਰ ਕੀ ਕਰੇ, ਜਿਵੇਂ ਹੁਣ ਰੀਤ ਬਣੀ ਆਈ ਹੈ ਨਾ, ਕਰਨੀ ਪੈਣਾ ਪੁੱਤ, ਅੱਜ ਨਹੀਂ ਕੱਲ੍ਹ ਤੈਨੂੰ ਵਿਆਹਣਾ ਸੀ। ਦੇਖ ਜਦੋਂ ਤੈਨੂੰ ਪਤਾ ਤੇਰੀ ਪੁੱਤ ਹੁਣ ਅੰਗੇਜਮੈਂਟ ਹੋਈ ਹੋਈ ਹੈ ਉੱਥੇ, ਤੈਨੂੰ ਵਿਆਹਣਾ ਤਾਂ ਦੇਖ ਪਊਗਾ, ਜੇ ਹੁਣ ਉੱਥੋਂ ਆਪਾਂ ਕੋਈ ਗੱਲ ਮੁੱਕਰ ਦੇਵਾਂਗੇ ਤਾਂ ਤੈਨੂੰ ਪਤਾ ਗਾ ਪੁੱਤ, ਫਿਰ ਪਿੰਡ 'ਚ ਬੇਇੱਜ਼ਤੀ ਆ, ਸਾਰਾ ਅੱਗਾ ਪਿੱਛਾ ਦੇਖਣਾ ਪੈਂਦਾ ਪੁੱਤ। ਧੀਆਂ ਵਾਲੇ ਤਾਂ ਨੀਵੇਂ ਹੋ ਕੇ ਚੱਲਦੇ ਪੁੱਤ, ਕੀ ਕੀਤਾ ਜਾਵੇ, ਤੇਰੇ ਤਾਈ ਨੇ ਵਧੀਆ ਸਿਆਣੀਆਂ ਗੱਲਾਂ ਕੀਤੀਆਂ, ਤੂੰ ਨਾ ਫਿਕਰ ਕਰ, ਤੇਰੇ ਤਾਈ ਹੁੰਦੇ ਉਹਨੇ ਕੋਈ ਚੰਗਾ ਹੀ ਸੋਚਿਆ ਹੋਊ ਆਪਣਾ। ਤਾਈ ਮੈਨੂੰ ਡਰ ਲੱਗਦਾ ਜਦੋਂ ਹੁਣੀ ਇੰਨਾ ਕੁਛ ਮੰਗਦੇ ਆ ਤੁਹਾਡੇ ਤੋਂ। ਕੋਈ ਗੱਲ ਨਹੀਂ ਪੁੱਤ, ਐਡੀ ਕੀ ਗੱਲ ਹੈਗੀ, ਫਿਰ ਕੋਈ ਗੱਲ ਨਹੀਂ, ਹੈਗੇ ਆਂਗੇ, ਐਂ ਜੇ ਬਾਲਾ ਤੰਗ ਕਰਨਗੇ ਤੈਨੂੰ ਪਤਾ, ਲੱਤ ਤੇ ਲੱਤ ਧਾਰ ਕੇ ਵੀ ਪਾੜ ਦਾਂਗੇ, ਚਿੰਤਾ ਨਾ ਕਰ। ਹੋ ਟੈਨਸ਼ਨ ਨਾ ਲੈ, ਇਹਨਾਂ ਦੇ ਹੁੰਦੇ ਮੈਂ ਤਾਂ ਜੇ ਆਪਾਂ ਗੱਡੀਆਂ ਦੇ ਸਕਦੇ ਆ ਤਾਂ ਕੱਲ ਨੂੰ ਗੱਡੀਆਂ ਤੇ ਉਹਨੂੰ ਫਿਰ ਦਿਖਾ ਵੀ ਸਕਦੇ ਆ ਪੈਂਤਰੇ, ਇਹੋ ਜਿਹਨੂੰ ਚੱਕ ਕੇ ਉਸੇ ਗੱਡੀ ਥੱਲੇ ਦੇ ਦੂੰ ਮੈਂ ਤਾਂ, ਜੇ ਤੈਨੂੰ ਤੰਗ ਕਰੂਗੀ। ਲੈ ਹੁਣ ਫਿਕਰ ਮੁੱਕ ਗਿਆ, ਤੇ ਤਾਈ ਦੇ ਹੌਸਲੇ ਵਾਲੀ ਗੱਲ ਸੁਣਾਤੀ। ਤੁਹਾਡੇ ਹੁੰਦੇ ਤਾਈ ਮੈਨੂੰ ਕੋਈ ਟੈਨਸ਼ਨ ਨਹੀਂ ਹੈ। ਹੋਰ ਹੁਣ ਕੋਈ ਨਹੀਂ ਪੁੱਤ, ਤੂੰ ਚਿੰਤਾ ਕਰ ਵੀ ਨਾ, ਕੋਈ ਗੱਲ ਨਹੀਂ, ਜੋ ਨਿਬੜੂ ਦੇਖੀ ਜਾਊਗੀ। ਚੱਲ ਜਾ ਬਹਿ ਜਾ ਅੰਦਰ ਜਾ ਕੇ, ਕੋਈ ਨਹੀਂ। ਹੈ ਨਹੀਂ ਅਮਨ, ਅੱਜ ਮੈਨੂੰ ਪਤਾ ਲੱਗਿਆ ਆਪਦੇ ਪਿਓ ਦੀ ਮਜਬੂਰੀ ਦਾ, ਪਤਾ ਨਹੀਂ ਵਿਚਾਰੇ ਨੇ ਮੈਨੂੰ ਕਿਵੇਂ ਤੋਰਿਆ ਸੀ, ਦੇਖ ਲਾ ਮੈਨੂੰ ਵੀ ਐਂ ਲੱਗਦਾ ਸੀ ਮੇਰੇ ਬਾਪੂ ਨੇ ਪੈਸੇ ਲੈ ਲੇ, ਕੀ ਪਤਾ ਉਹਦੀ ਕੀ ਮਜਬੂਰੀ ਸੀ, ਨਾਲੇ ਰੋਟੀ ਟੁੱਕ ਕੀਤਾ। ਸੱਚੀ ਮੇਰੇ ਤਾਂ ਢਿੱਡ ਜਿਹਾ ਮੱਚਦਾ ਅੱਜ ਆਪਦੇ ਬਾਪੂ ਨੂੰ ਯਾਦ ਕਰਕੇ, ਉਹ ਤਾਂ ਮਰਨ ਵਾਲਾ ਮਰ ਗਿਆ। ਚੰਦਰਿਆ ਮੇਰਾ ਵੀ ਉਹਨੇ ਚੰਗਾ ਕੀਤਾ ਸੀਗਾ, ਫਿਰ ਹੀ ਮੈਂ ਬਸੀ ਇੰਨੀ ਤੁਹਾਡੇ ਵਰਗੇ ਘਰ ਦੇਖ ਕੇ, ਮੈਂ ਤਾਂ ਐਂ ਲੱਗਦਾ ਸੀ ਮੇਰਾ ਬਾਪੂ ਲਾਲਚੀ ਆ। ਕੋਈ ਗੱਲ ਨਹੀਂ, ਕੋਈ ਵੀ ਮਾਂ ਪਿਓ ਲਾਲਚੀ ਨਹੀਂ ਹੁੰਦਾ, ਬੰਦੇ ਨੂੰ ਮਜਬੂਰੀਆਂ ਮਾਰ ਜਾਂਦੀਆਂ ਨੇ, ਕੀ ਕਰੇ ਕੋਈ, ਹਰੇਕ ਬੰਦਾ ਚਾਹੁੰਦਾ ਗਾ ਮੈਂ ਆਪਦੀ ਧੀ ਨੂੰ ਸਾਰਾ ਕੁਛ ਦੇ ਕੇ ਤੋਰਾਂ, ਪਰ ਜਦੋਂ ਐਡੇ ਐਡੇ ਮੂੰਹ ਅੱਡ ਲੈਂਦੇ ਨੇ ਫਿਰ ਔਖਾ ਹੋ ਜਾਂਦਾ ਗਾ, ਕੀ ਕਰੇ ਬੰਦਾ। ਕੋਈ ਵੀ ਬੰਦਾ ਆਪਦੀ ਧੀ ਤੋਂ ਕਦੇ ਜ਼ਿੰਦਗੀ 'ਚ ਕੁਛ ਲੁਕੋ ਕੇ ਨਹੀਂ ਰੱਖਦਾ ਹੈਗਾ ਗਾ। ਚੱਲ ਕੋਈ ਨਹੀਂ, ਵਾਹਿਗੁਰੂ ਪਰਮਾਤਮਾ ਆਪਣੀ ਕੁੜੀ ਨੂੰ ਰੰਗ ਭਾਗ ਲਾਵੇ, ਚਲੋ ਦੇਖੀ ਜਾਊਗੀ। ਪੀਲਾ ਚਾਹ ਵੀ ਠੰਡੀ ਹੋ ਜਾਂਦੀ ਆ, ਨਹੀਂ ਪੀ ਲੈਂਦੇ ਹਾਂ ਚਾਹ ਤਾਂ। ਕੀ ਹੋ ਗਿਆ ਗੱਡੀ, ਤੁਸੀਂ ਤਾਂ ਸੱਚ ਵੀ ਲਏ ਬਾਈ, ਅਸੀਂ ਤਾਂ ਹੈਰਾਨ ਹੋ ਗਏ, ਹੋਰ ਕੀ ਹੋਣਾ। ਓਏ ਇੰਨੀ ਹੈਰਾਨੀ ਨਾਲ ਕਾਹਨੂੰ ਦੇਖੀ ਜਾਨੀ ਹੋ, ਉਹਨਾਂ ਦਾ ਮੂੰਹ ਵੀ ਬੰਦ ਕਰਨਾ ਹੈ। ਉਹ ਮੂੰਹ ਤਾਂ ਬੰਦ ਕਰਨਾ, ਉਹਨਾਂ ਦਾ ਮੂੰਹ ਬੰਦ ਕਰਦੇ ਕਰਦੇ ਆਪਦਾ ਕਰੂੰਡਾ ਕਰਾ ਲਓਗੇ, ਜ਼ਮੀਨ ਗਹਿਣੇ ਧਰਤੀ। ਉਹ ਕਾਹਦੇ ਵਾਸਤੇ ਜ਼ਮੀਨ ਗਹਿਣੇ ਧਰਤੀ, ਤੂੰ ਫਿਕਰ ਨਾ ਕਰ, ਦੇਖ ਕੁੜੀ ਵੀ ਤੋਰਾਂਗੇ ਤੇ ਗੱਡੀ ਵੀ ਦੇਵਾਂਗੇ। ਉਹ ਤਾਂ ਠੀਕ ਹੈ, ਮੈਨੂੰ ਤਾਂ ਐਂ ਚਿੰਤਾ ਗਈ, ਅੱਜ ਆਪਾਂ ਗੱਡੀ ਦੇਵਾਂਗੇ, ਕੱਲ ਨੂੰ ਹੋਰ ਤੈਨੂੰ ਪਤਾ ਹੋਰ ਚਾਂਭਣਗੇ ਚਾਰ। ਤੂੰ ਫਿਕਰ ਨਾ ਕਰ, ਤੁਸੀਂ ਆਪਦੀ ਤਿਆਰੀ ਕਰੋ। ਅਸੀਂ ਤਾਂ ਤਿਆਰੀ ਕਰੀ ਜਾਂਦੇ ਹਾਂ, ਲੈ ਹੁਣ ਕੀ ਸਮਝਾਈਏ, ਕੀ ਕਹੀਏ, ਜਦੋਂ ਇੰਨੀ ਮਹਿੰਗੀ ਗੱਡੀ ਹੁਣ ਅਗਲੇ ਨੇ ਮੰਗ ਕਰ ਲਈ ਤਾਂ ਸੱਚੂ ਹੀ ਲੈ ਕੇ ਆ ਗਏ। ਭਾਬੀ ਗੱਲ ਨਾ ਪੈ, ਬਾਈ ਜੋ ਵੀ ਕਰੀ ਜਾਂਦਾ ਨਾ ਚੰਗਾ ਕਰੀ ਜਾਂਦਾ। ਮੈਨੂੰ ਤਾਂ ਭਾਈ ਸਮਝ ਨਹੀਂ ਆਉਂਦੀ, ਚੰਗਾ ਕਰਦਾ ਕਿ ਮੰਦਾ ਕਰਦਾ, ਮੈਨੂੰ ਲੱਗਦਾ ਤੇਰਾ ਵੀ ਦਿਮਾਗ ਹੱਲ ਗਿਆ। ਉਹ ਤਾਂ ਜਿਹੋ ਜਿਹਾ ਹੈਗਾ ਸੀ ਮੈਨੂੰ ਕੋਈ ਦੁੱਖ ਗੱਡੀ ਦਾ ਨਹੀਂ, ਮੈਨੂੰ ਦੁੱਖ ਇਹ ਆ ਵੀ ਇਹਨਾਂ ਨੂੰ ਦੇਖ ਕੇ ਚਾਰ ਜਾਣੇ ਹੋਰ ਚਾਂਭਣਗੇ। ਉਹ ਹੱਲਿਆ ਨਹੀਂ ਦਿਮਾਗ ਹੁਣ ਸਹੀ ਹੋ ਗਿਆ, ਨਾਲੇ ਕੁੜੀਏ ਤੂੰ ਚੱਲ ਅੰਦਰ ਚੱਲ। ਲੈ ਕੁੜੀ ਤਾਂ ਤੋਰਤੀ ਅੰਦਰ, ਉਹ ਤਾਂ ਆਪ ਜਵਾਕੜੀ ਕਹਿੰਦੀ ਸੀ, ਕਹਿੰਦੀ ਮੈਨੂੰ ਇਹੋ ਜਿਹੇ ਲਾਲਚੀਆਂ ਦੇ ਨਾ ਡੋਬੋ, ਹਜੇ ਵੀ ਅੱਖਾਂ ਖੋਲ ਲਓ। ਉਹ ਤਾਂ ਠੀਕ ਹੈ ਭਾਬੀ, ਮੇਰੀ ਗੱਲ ਸੁਣ, ਇੱਕ ਤਾਂ ਕੁੜੀ ਨੂੰ ਕਹਿੰਦੇ ਕੋਈ ਢੰਗ ਦੇ ਕੱਪੜੇ ਪਾ ਲੈ, ਤੇ ਅੱਜ ਰਿਸ਼ਤੇਦਾਰਾਂ ਨੇ ਆਉਣਾ, ਚਾਹ ਪਾਣੀ ਵਧੀਆ ਪਿਆ ਦਿਓ। ਕੋਈ ਗੱਲ ਨਹੀਂ ਪਿਆ ਦਾਂਗੇ। ਕੀ ਕਰੀ ਜਾਂਦੇ ਨੇ? ਘਰੀ ਜਾਂਦੇ, ਜਿਹੜਾ ਕੁਛ ਕਰਦਾ ਠੀਕ ਹੀ ਕਰਦੇ ਹੋਣਗੇ, ਆ ਜਾ ਆਪਾਂ ਕਾਹਨੂੰ ਟੈਨਸ਼ਨ ਲਿੱਤੀ ਹੈ, ਦੇਖ ਲਈ ਗੱਡੀ ਵੀ ਆ ਜਾ। ਚੱਲ ਟੈਨਸ਼ਨ ਤਾਂ ਕਾਹਨੂੰ ਨੇ, ਕੁੜੇ ਟੈਨਸ਼ਨ ਤਾਂ ਹੈਗੀ ਹੈਗੀ। ਮੇਰੀ ਗੱਲ ਸੁਣੋ, ਤੁਸੀਂ ਆਹ ਕੀ ਡਰਾਮਾ ਖੜਿਆ, ਮਰਵਾਉਣੀ ਹੈ ਤੁਸੀਂ ਕੁੜੀ? ਉਹ ਕਿਉਂ ਐਵੇਂ ਕਮਲੀਆਂ ਗੱਲਾਂ ਕਰੀ ਜਾਣੀ ਹੈ, ਮੈਂ ਕੁੜੀ ਭਲਾ ਦੀ ਕਾਹਦੇ ਵਾਸਤੇ ਮਰਵਾਉਣੀ ਹੈ? ਕੁੜੀ ਮਰਵਾਉਣ ਵਾਲੀਆਂ ਗੱਲਾਂ ਨੇ, ਜਦੋਂ ਲਿਆ ਕੇ ਗੜੀ ਰੱਖਣਾ ਤਾਂ ਕਰੇ, ਅੱਜ ਅਗਲੇ ਨੂੰ ਵੱਡੀਆਂ ਦੇਗਾ, ਕੱਲ ਉਹ ਸਿਰ ਚ ਮੋਰੀਆਂ ਕਰਨਗੇ, ਮਾਰ ਕੇ ਛੱਡ ਦੇਣਗੇ ਕੁੜੀ ਨੂੰ। ਉਹ ਕਿਉਂ ਫਿਕਰ ਕਰਦੀਆਂ, ਉਹਨਾਂ ਨੂੰ ਕੌਣ ਦਿੰਦਾ ਗੱਡੀ? ਨਾਲੇ ਮੇਰੀ ਗੱਲ ਸੁਣ, ਮੈਂ ਤਾਂ ਰਿਸ਼ਤਾ ਹੋਰ ਦੇਖ ਆਂਦਾ, ਬਹੁਤ ਸੋਹਣਾ ਮੁੰਡਾ ਹੈਗਾ, ਫੌਜੀ ਲੱਗਿਆ ਹੋਇਆ ਨਾਲੇ। ਅੱਛਾ, ਫਿਰ ਨਾ ਉਬੜਾ ਚੁਬੜੀਆਂ ਚ ਸਾਨੂੰ ਪਾ ਰੱਖਿਆ ਤੇ ਦੱਸ ਨਹੀਂ ਸਕਦੇ ਉਦੋਂ ਨੇ, ਫਿਰ ਰਿਸ਼ਤੇਦਾਰਾਂ ਨੇ ਆਉਣਾ, ਮੈਂ ਵੀ ਆਖਿਆ ਜੇ ਕਿਹੜੇ ਰਿਸ਼ਤੇਦਾਰ ਹੋਏ ਜਿਹਨੂੰ ਅਸੀਂ ਨਹੀਂ ਜਾਣਦੇ। ਉਹ ਚੱਲ ਕੋਈ ਗੱਲ ਨਹੀਂ, ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ, ਮੈਨੂੰ ਆਇਆ ਸੀ ਚੱਲ ਤੈਨੂੰ ਪਤਾ ਲੱਗ ਗਿਆ। ਪਤਾ ਲੱਗਣ ਨੂੰ ਆਇਆ, ਹੁਣ ਮੈਂ ਕੀ ਅੰਤਰ ਜਾਮੀ ਆ, ਮੇਰੇ ਤਾਂ ਦਿਮਾਗ ਤੇ ਬੋਝ ਬਣਿਆ ਪਿਆ ਵਾ। ਉਹ ਕਾਹਨੂੰ ਆਪਦੇ ਦਿਮਾਗ ਤੇ ਬੋਝ ਪਾਈ ਜਾਂਦੀ ਹੈ, ਮੇਰੀ ਗੱਲ ਸੁਣ, ਤਿਆਰੀ ਕਰੋ ਤੁਸੀਂ, ਚੰਗਾ ਮੁੰਡਾ ਵਧੀਆ, ਅੱਜ ਹੁਣ ਦੇਖਣ ਆਉਣਗੇ ਉਹ, ਸਮਝ ਗਈ ਗੱਲ? ਕਹਿ ਜਾਣੇ ਆਉਣਗੇ ਉਹ, ਬਸ ਕੱਲੀ ਆਊਗੀ ਉਹਦੀ ਮਾਂ, ਉਹ ਤਾਂ ਮੈਨੂੰ ਐਂ ਕਹਿੰਦੇ ਸੀ, ਕਹਿੰਦੇ ਵੀ ਅਸੀਂ ਕੁਛ ਨਹੀਂ ਦੇਖ ਕੇ ਆਉਣਾ,
ਤੇ ਮੈਂ ਉਹਨੂੰ ਫੇਰ ਵੀ ਆਖਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੁਸੀਂ ਦੇਖ ਕੇ ਆਓ ਨਾਲੇ ਬਾਹਲਾ ਰੌਲਾ ਨਾ ਪਾਓ ਹਜੇ ਕਿਸੇ ਨੂੰ ਨਹੀਂ ਪਤਾ ਪਿੰਡ 'ਚ ਸਮਝ ਗਈ ਗੱਲ ਸਹੀ ਗੱਲ ਹੈ ਤਾਂ ਚੱਲ ਸ਼ੁਕਰ ਆ ਰੱਬ ਦਾ ਮੈਨੂੰ ਤਾਂ ਐ ਸੀ ਮੈਂ ਕਿਹਾ ਪਤਾ ਨਹੀਂ ਤੁਹਾਡੇ ਦਿਮਾਗ ਨੂੰ ਕੀ ਹੋ ਗਿਆ ਪਹਿਲਾਂ ਉਹਨਾਂ ਨੇ ਸ਼ਾਂਪਾਂ ਮੰਗ ਲਈਆਂ ਮੈਂ ਕਿਹਾ ਤੁਸੀਂ ਸ਼ਾਂਪਾਂ ਨੂੰ ਆ ਕਰਤੀ ਫੇਰ ਮੈਂ ਕਿਹਾ ਹੁਣ ਤੁਸੀਂ ਗੱਡੀ ਲਿਆ ਕੇ ਖੜਾਤੀ ਓਏ ਉਹਨਾਂ ਨੂੰ ਲਾਲਚੀਆਂ ਨੂੰ ਕੌਣ ਕੁੜੀ ਦੇਊਗਾ ਮੈਂ ਆਪਾਂ ਇੰਨੇ ਕਮਲੇ ਥੋੜੀ ਆ ਵੀ ਜਿਹੜੇ ਉਹਨਾਂ ਦੇ ਘਰੇ ਤੋਰ ਦੇਗੇ ਉਹ ਵੀ ਆਪਣੀ ਵੀ ਧੀ ਹੈ ਉਹ ਸਹੀ ਗੱਲ ਗੱਡੀ ਤਾਂ ਮੈਂ ਦੇਣੀ ਸੀ ਪਰ ਉਹਨਾਂ ਨੇ ਆਪਦਾ ਲਾਲਚ ਕਰਕੇ ਨਾ ਤੇ ਆਪਦੇ ਮੂੰਹ 'ਚ ਆਪ ਹੀ ਮੱਖੀਆਂ ਪਾ ਲਈਆਂ ਸਹੀ ਗੱਲ ਹੈ ਫਿਰ ਦੇ ਤਾਂ ਉਹਨਾਂ ਨੂੰ ਜਵਾਬ ਕੋਈ ਗੱਲ ਨਹੀਂ ਉਹਨਾਂ ਨੂੰ ਆਉਣ ਦੇ ਬਰਾਤ ਲੈ ਕੇ ਤੇ ਉਹਨਾਂ ਨੂੰ ਮੌਕੇ ਦੇ ਜਵਾਬ ਦੇ ਦੇਵਾਂਗੇ ਜਦੋਂ ਪਰੰਗ ਚਿੱਠੀ ਆਉਂ ਬਰਾਤ ਪੁੱਠੀ ਮੋੜੀ ਉਹਨਾਂ ਦੀ ਗੱਲ ਸਹੀ ਹੈ ਤੁਹਾਡੀ ਉਹਨੂੰ ਵੀ ਲੱਗੂ ਬਾਹਲੀ ਲਾਲਚ ਨੂੰ ਪਤਾ ਕਿਵੇਂ ਆਏ ਖੰਭ ਮਾਰਦੀ ਫਿਰਦੀ ਸੀਗੀ ਚੱਲ ਸ਼ੁਕਰ ਹੈ ਵੈਗਰੂ ਦਾ ਨਾਲੇ ਆਪਾਂ ਨੂੰ ਫੌਜੀ ਮੁੰਡਾ ਮਿਲ ਗਿਆ ਹਾਂ ਚੱਲ ਸ਼ੁਕਰ ਚੱਲ ਮੇਰੀ ਗੱਲ ਸੁਣ ਤੁਸੀਂ ਤਿਆਰੀ ਕਰੋ ਉਹ ਆਉਂਦੇ ਹੋਣਗੇ ਚੱਲ ਕੋਈ ਨਹੀਂ ਮੈਂ ਤਾਂ ਆਪ ਮੈਂ ਤਾਂ ਹੱਥ ਚੜ ਗਿਆ ਸੀਗਾ ਚੱਲ ਮੈਂ ਕੁੜੀ ਨੂੰ ਕੋਈ ਨਹੀਂ ਤਿਆਰ ਕਰਦੀ ਆਂਗੀ ਚੱਲ ਕੋਈ ਨਹੀਂ ਅਗਲਾ ਦੇਖ ਜੂਗਾ ਸ਼ੁਕਰ ਹੈ ਰੱਬ ਦਾ ਚੱਲ ਕੋਈ ਨਹੀਂ ਫਿਕਰ ਨਾ ਕਰੋ ਤੁਸੀਂ ਭੈਣ ਜੀ ਮੈਨੂੰ ਤਾਂ ਬਾਹਲੀ ਖੁਸ਼ੀ ਹੋਈ ਆ ਕੁੜੀ ਨੂੰ ਦੇਖ ਕੇ ਐਡੀ ਨਰਮ ਕੁੜੀ ਮੈਨੂੰ ਮਿਲਣੀ ਨਹੀਂ ਸੀ ਕਿਤੇ ਮੇਰੇ ਮੁੰਡੇ ਦੀ ਵੀ ਪਸੰਦ ਹੈ ਫੋਟੋ ਭੇਜਤੀ ਸੀਗੀ ਹਾਂਜੀ ਹਾਂਜੀ ਮੁੰਡਾ ਬਹੁਤ ਸੋਹਣਾ ਸੀ ਸਾਨੂੰ ਤਾਂ ਪਸੰਦ ਹੈ ਅਤੇ ਕੁੜੀ ਨੂੰ ਫੋਟੋ ਦਿਖਾਤੀ ਸੀ ਮੁੰਡੇ ਦੀ ਓਹੋ ਕੁੜੀ ਨੂੰ ਤਾਂ ਅਸੀਂ ਦਿਖਾਈ ਨਹੀਂ ਭਾਈ ਸਾਡੀ ਕੁੜੀ ਤਾਂ ਇੰਨੀ ਨਰਮ ਹੈ ਇਹ ਤਾਂ ਇਹ ਕਹਿੰਦੀ ਆ ਜੋ ਮੰਮੀ ਡੈਡੀ ਨੇ ਕਰਤਾ ਉਹ ਠੀਕ ਹੈ ਬਸ ਚਲੋ ਭੈਣ ਜੀ ਮੇਰੇ ਕੋਲ ਹੈਗੀ ਇੱਕ ਫੋਟੋ ਹੋਰ ਉਹ ਦਿਖਾ ਦਿੰਦੇ ਹਾਂ ਨਾ ਕੋਈ ਨਹੀਂ ਜੀ ਦਿਖਾ ਦਿਓ ਸਾਡੀ ਕੁੜੀ ਇਹੋ ਜਿਹੀ ਨਹੀਂ ਹੈਗੀ ਉਹ ਕੁੜੀਆਂ 'ਚੋਂ ਨਹੀਂ ਵੀ ਜਿਹੜੀਆਂ ਭਾਈ ਨਾਖਰੀ ਕਰੂਗੀ ਹਾਂਜੀ ਅਸੀਂ ਤਾਂ ਦੇਖੀ ਆਪਣੀ ਗੁੜੀਆਂ ਦਿਖਾਉਂਦੇ ਲੈ ਪੁੱਤ ਦੇਖ ਲਾ ਲੈ ਪੁੱਤ ਦੇਖ ਪਸੰਦ ਆ ਕਰੀ ਹਾਂਜੀ ਜਿਵੇਂ ਤੁਸੀਂ ਕਰ ਦੋਗੇ ਉਵੇਂ ਸਹੀ ਹੈ ਬਸ ਧੀਏ ਸ਼ਾਬਾਸ਼ ਤੇਰੀ ਹੈ ਲਿਆਓ ਜੀ ਫੋਟੋ ਤਾਂ ਅਸੀਂ ਰੱਖ ਹੀ ਲਵਾਂਗੇ ਹੁਣ ਭਾਈ ਸਾਡਾ ਵੀ ਜਵਾਈ ਸਾਡਾ ਪੁੱਤ ਹੀ ਹੈ ਇਕੱਲੀ ਇਕੱਲੀ ਸਾਡੇ ਕੁੜੀ ਹੈਗੀ ਚਲੋ ਭੈਣ ਜੀ ਮੈਨੂੰ ਵੀ ਧੀ ਦੀ ਕਮੀ ਸੀ ਜਦੋਂ ਇਸ ਧੀ ਨੂੰ ਲੈ ਜੂੰਗੀ ਨਾ ਮੈਨੂੰ ਧੀ ਦੀ ਕਮੀ ਵੀ ਘੱਟ ਜੂਗੀ ਚਲੋ ਜੀ ਤੁਹਾਡੇ ਵਰਗੀ ਸੋਚ ਵੀ ਕਿਸੇ ਬਿਰਲੇ ਦੀ ਹੁੰਦੀ ਹੈ ਪਹਿਲਾਂ ਤੁਹਾਨੂੰ ਦੇਖ ਸਾਰੀ ਕਹਾਣੀ ਦੱਸੀ ਆਪਾਂ ਕਿਹੜਾ ਥੋਥੋਂ ਕੋਈ ਹੋਲਾ ਰੱਖਿਆ ਹਾਂਜੀ ਅਸੀਂ ਕੋਈ ਕਮੀ ਉਹਨਾਂ ਨੂੰ ਵੀ ਨਹੀਂ ਸੀ ਰੱਖਣੀ ਇਹ ਨਹੀਂ ਵੀ ਆਪਦੀ ਧੀ ਤੋਂ ਦੇਖੋ ਕੋਈ ਕੁਛ ਨਹੀਂ ਲੁਕੋ ਕੇ ਰੱਖਦਾ ਹੁੰਦਾ ਗੱਲ ਕਰ ਤੁਹਾਨੂੰ ਪਤਾ ਜਦੋਂ ਕਿਸੇ ਲਾਲਚੀ ਐਡਾ ਮੂੰਹ ਅੱਟ ਲੈਣ ਤੁਹਾਨੂੰ ਪਤਾ ਫਿਰ ਧੀਆਂ ਲੈਂਦਾ ਦਿਲ ਡਰ ਜਾਂਦਾ ਹੈਗਾ ਡਰ ਜਾਂਦਾ ਹੈਗਾ ਸਾਨੂੰ ਤਾਂ ਨਾ ਭੈਣ ਜੀ ਕੁਛ ਨਹੀਂ ਚਾਹੀਦਾ ਸਾਨੂੰ ਤਾਂ ਸਿਰਫ ਇਕੱਲੀ ਕੁੜੀ ਚਾਹੀਦੀ ਉਹ ਵੀ ਤਿੰਨੇ ਕੱਪੜੇ ਪਾ ਕੇ ਅਸੀਂ ਆਪਦੇ ਲੈ ਜਾਾਂਗੇ ਧੰਨਵਾਦ ਭੈਣ ਜੀ ਤੁਹਾਡਾ ਜਿਹੜਾ ਤੁਸੀਂ ਇੰਨਾ ਸੋਚਿਆ ਹੈ ਨਾ ਸਾਡੀ ਧੀ ਵਾਸਤੇ ਸਾਰਾ ਕੁਝ ਕਰਾਂਗੇ ਮੇਰਾ ਮੁੰਡਾ ਤਾਂ ਕਹਿੰਦਾ ਮਾਂ ਉਹਨਾਂ ਨੂੰ ਕੋਈ ਖਰਚਾ ਨਾ ਕਰਨ ਦੇਈ ਕਹਿੰਦਾ ਉਹਨਾਂ ਨੂੰ ਐਂ ਕਹਿ ਦੇਈ ਬਸ ਆਪਾਂ ਤਾਂ ਤਿੰਨੇ ਕੱਪੜੇ ਪਾ ਕੇ ਅਤੇ ਵਿਆਹ ਕੇ ਲੈ ਆਉਣੀ ਆ ਉਹ ਵੀ ਚੁੰਨੀ ਚੜਾਵਾ ਕਰਕੇ ਤੇ ਮੁੰਡਾ ਨਾਲ ਹੀ ਲੈ ਜੂਗਾ ਨਾਲੇ ਇਹਨੂੰ ਚਲੋ ਸ਼ੁਕਰ ਹੈ ਜੀ ਵੈਗਰੂ ਦਾ ਮੇਰੇ ਕੋਲ ਤਾਂ ਛੱਡਣਾ ਹੀ ਨਹੀਂ ਚਲ ਕੋਈ ਨਾ ਭਾਈ ਤੁਸੀਂ ਹੁਣ ਸ਼ਗਨ ਕਰ ਲਓ ਹਨਾ ਹੁਣ ਸਵਾਈ ਚ ਆਏ ਪੈ ਟਾਈਮ ਹਾਂ ਇਹ ਤਾਂ ਗੱਲ ਹੈਗੀ ਚੰਗਾ ਕਰ ਲਓ ਜੀ ਵਾਹਿਗੁਰੂ ਚਲ ਸ਼ੁਕਰ ਹੈ ਵੈਗਰੂ ਦਾ ਹਨਾ ਸੰਜੋਗ ਕਿਤੇ ਹੁੰਦੇ ਨੇ ਬਸ ਜੋ ਕਿਸਮਤ ਦੇ ਵਿੱਚ ਗੱਲ ਹੁੰਦੀ ਹੈ ਹੈ ਸਹੀ ਗੱਲ ਹੈ ਤਾਂ ਉਹੀ ਹੈ ਨਾ ਉਹ ਤਾਂ ਜਿੱਥੇ ਲਿਖੇ ਹੋਣ ਉੱਥੇ ਭੜਨਗੇ ਜਾ ਕੇ ਆ ਮੇਰੀ ਸੱਸ ਨੇ ਮੇਰੇ ਪਾਏ ਸੀਗੇ ਅੱਛਾ ਜੀ ਹਾਂ ਹੁਣ ਮੈਂ ਆਪਦੀ ਨੂੰਹ ਦੇ ਪਾਉਣੀ ਆ ਚਲੋ ਭਾਈ ਤੁਹਾਡੀ ਆ ਕੁਛ ਮਰਜ਼ੀ ਕਰੋ ਹੈ ਨਾ ਵੀ ਇਹਨਾਂ ਚੀਜ਼ਾਂ ਨਾਲ ਨਹੀਂ ਆਪਾਂ ਵੱਡੇ ਹੋਣਾ ਦੇਖਾ ਦੇ ਜੀ ਪੁੱਤ ਤੋਂ ਕੁਛ ਨਹੀਂ ਅਗਲਾ ਲੱਗੋ ਕੇ ਰੱਖਦਾ ਸਹੀ ਗੱਲ ਹੈ ਜੀ ਬਰਤਨ ਨਾਲ ਹੀ ਬੰਦਾ ਵੱਡਾ ਹੁੰਦਾਗਾ ਚੀਜ਼ਾਂ ਨਾਲ ਥੋੜੀ ਆਏ ਆ ਭੈਣ ਜੀ ਹਾਂਜੀ ਕੱਲ ਨੂੰ ਮੁੰਡਾ ਆ ਜਾਊਗਾ ਤੇ ਪਰਸੋਂ ਅਸੀਂ ਲਈ ਜਾਵਾਂਗੇ ਇਹਨੂੰ ਠੀਕ ਹੈ ਤੁਹਾਨੂੰ ਪਤਾ ਹੀ ਹੈਗਾ ਦੇਖੋ ਪਰਸੋਂ ਦਾ ਦਿਨ ਹੀ ਆਪਣਾ ਕਢਾਇਆ ਹੋਇਆ ਸੀਗਾ ਤੇ ਤੁਹਾਨੂੰ ਵੀ ਆਏ ਵੀ ਚੱਲ ਦਿਨ ਤੇ ਗੱਲ ਬਣ ਜੇ ਤਾਂ ਹਾਂ ਚੱਲ ਵਧੀਆ ਹੋਇਆ ਸਾਰਿਆਂ ਨੂੰ ਵਧੀਆ ਹੋ ਗਿਆ ਆਏ ਸੀ ਭੈਣ ਛੋਟੇ ਹੁੰਦਿਆਂ ਦੇ ਉਹਨਾਂ ਦਾ ਪਿਓ ਮੁੱਕ ਗਿਆ ਸੀ ਮੈਂ ਤਾਂ ਰੰਡੀ 3 ਮਹੀਨੇ ਮਸਾਂ ਪਾਲਿਆ ਮੈਨੂੰ ਆਏ ਆ ਵੀ ਮੇਰੇ ਰਿਸ਼ਤੇਦਾਰਾਂ ਨੇ ਵਧੀਆ ਮਿਲ ਜਾਣ ਤਾਂ ਮੈਨੂੰ ਸਹਾਰਾ ਹੋ ਜਾਊਗਾ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਚਿੰਤਾ ਨਾ ਕਰੋ ਦੇਖੋ ਉਹਨਾਂ ਨੂੰ ਗਿਆ ਨੂੰ ਤਾਂ ਨਹੀਂ ਮੋੜ ਸਕਦੇ ਹੈਗੇ ਗੇ ਪਰ ਕੋਈ ਨਹੀਂ ਤੁਹਾਡੇ ਨਾਲ ਹਮੇਸ਼ਾ ਖੜੇ ਆਂਗੇ ਸ਼ੁਕਰ ਹੈ ਵੈਗਰੂ ਦਾ ਭੈਣ ਜੀ ਜਿਹੜੇ ਤੁਹਾਡੇ ਵਰਗੇ ਰਿਸ਼ਤੇਦਾਰ ਵਧੀਆ ਮਿਲੇ ਮੈਨੂੰ ਮੈਨੂੰ ਹੋਰ ਕੀ ਚਾਹੀਦਾ ਸੀਗਾ ਵਧੀਆ ਧੀ ਮਿਲ ਗਈ ਸ਼ੁਕਰ ਤਾਂ ਅਸੀਂ ਕਰਦੇ ਹਾਂ ਜੀ ਰੱਬ ਦਾ ਜਿਹਨੇ ਸਾਨੂੰ ਇੰਨੇ ਵਧੀਆ ਰਿਸ਼ਤੇਦਾਰ ਤੁਹਾਡੇ ਵਰਗੇ ਮਿਲਾਏ ਨੇ ਚਲੋ ਛੱਡੋ ਇਹਨਾਂ ਗੱਲਾਂ ਨੂੰ ਕੀ ਰੋਣੇ ਧੋਣੇ ਲੈ ਕੇ ਬਹਿ ਗਏ ਕੋਈ ਨਹੀਂ ਜੋ ਵੈਗਰੂ ਨੂੰ ਮੰਨਜੂਰ ਖੁਸ਼ੀ ਦੇ ਟਾਈਮ ਤੇ ਕੀ ਰੋਣਾ ਸਹੀ ਗੱਲ ਹੈ ਤੇ ਫਿਰ ਸ਼ਗਨ ਵੀ ਕਰਦਾ ਥੋੜਾ ਜਿਹਾ ਹਾਂਜੀ ਕੋਈ ਗੱਲ ਨਹੀਂ ਕਰੋ ਜੀ ਕਰੋ ਜਿਹੜਾ ਤੁਹਾਡੇ ਸ਼ਗਨ ਬਿਹਾਰਾ ਜ਼ਰੂਰ ਕਰੋ ਜੀ ਲੈ ਭਾਈ ਗੌਰੀ ਵਧੀਆ ਤੇਰੀ ਤਾਂ ਸੱਸ ਵੀ ਮਾਡਰਨ ਆ ਲੱਡੂ ਵੀ ਮਾਡਰਨ ਲਿਆਂਦੇ ਨੇ ਹੋਰ ਭੈਣ ਜੀ ਮੈਂ ਆਖਿਆ ਹਾ ਤਾਂ ਆਮ ਲੱਡੂ ਤਾਂ ਹਰ ਕੀ ਲਿਜਾਂਦਾ ਸਹੀ ਗੱਲ ਹੈ ਲਿਜਾਵਾਂ ਤਾਂ ਕੋਈ ਵਧੀਆ ਆਈਟਮ ਲਿਜਾਵਾਂ ਜਿਹੜੀ ਸਾਰਿਆਂ ਦੇ ਪਸੰਦ ਵੀ ਆ ਜੇ ਚੱਲ ਸ਼ੁਕਰ ਹੈ ਤੁਹਾਡਾ ਤਾਂ ਜਮਾ ਸੁਭਾਅ ਸਾਡੇ ਵਰਗਾ ਹੈਗਾ
ਚੰਗਾ ਭੈਣ ਜੀ ਟਾਈਮ ਬਹੁਤ ਹੋ ਗਿਆ ਮੈਨੂੰ ਯਾਦ ਦਿਓ ਮੈਂ ਚੱਲਦੀ ਹਾਂ ਚੰਗਾ ਜੀ ਗੱਤੀ ਹੈ ਚੰਗਾ ਭੈਣ ਚੰਗਾ ਭੈਣ ਚੰਗਾ ਜੀ ਸਤਿ ਸ਼੍ਰੀ ਅਕਾਲ ਬਹਿ ਜੀ ਉਹ ਤਾਂ ਚੰਗੀ ਲੱਗੀ ਬੁੜੀ ਮੈਨੂੰ ਤਾਂ ਮੈਂ ਤਾਂ ਜ਼ਿਆਦਾ ਬੋਲੀ ਨਹੀਂ ਮੈਂ ਪਹਿਲਾਂ ਦੇਖ ਕਿੱਡੀ ਚਾਕੂ ਮਿਲ ਗਈ ਸੀ ਤੈਨੂੰ ਇਹਦਾ ਸੁਭਾਅ ਕਿਵੇਂ ਲੱਗਿਆ ਨਾ ਭੈਣ ਇਹ ਤਾਂ ਬਹੁਤ ਨਰਮ ਲੱਗਦੀ ਹੈ ਦੇਖੋ ਸ਼ੁਕਰ ਹੈ ਵਾਹਿਗੁਰੂ ਦਾ ਆਪਣਾ ਉਹਨਾਂ ਨੂੰ ਪਹਿਲਾਂ ਹੀ ਖੜਾ ਛੜਾ ਤਾ ਹਾਂ ਨਾਲੇ ਕੱਲੀ ਸੀ ਵਿਚਾਰੀ ਹੈ ਨਾ ਨਾਲੇ ਦੇਖ ਆਪਣੀ ਤਾਂ ਗੌਰੀ ਦੀ ਕਿਸਮਤ ਖੁੱਲ ਗਈ ਦੇਖ ਨਹੀਂ ਘੱਟੋ ਘੱਟ 4 ਤੋਲਿਆਂ ਦੇ ਹੋਣਗੇ ਘੜੇ ਚੱਲ ਤੋਲੇ ਤਾਂ ਉਹਨਾਂ ਦੇ ਘਰੇ ਵਗ ਜਾਣਗੇ ਆਪਾਂ ਕਿਹੜਾ ਵੰਡ ਕੇ ਖਾਣਾ ਚਾਹੇ ਵਗ ਤਾਂ ਉਹਨਾਂ ਦੇ ਘਰੇ ਜਾਣਗੇ ਬੰਦੇ ਦੀ ਇੱਥੋਂ ਹੀ ਪਰਖ ਹੁੰਦੀ ਹੈ ਉਹਨੇ ਐਡੀ ਕੁ ਮੁਦਰੀ ਨਹੀਂ ਸਰੀ ਸੀ ਕੱਲੀ ਫਲਕਾਰੀ ਦੇ ਕੇ ਤੁਰ ਗਈ ਸੀ ਮੂੰਹ ਐਡਾ ਟੱਡ ਲਿਆ ਚੱਲ ਵਿਚਾਰੀ ਜਿੰਨਾ ਕਰ ਗਈ ਬਾਹਲਾ ਸੋਹਣਾ ਕਰ ਗਈ ਸੱਚੀ ਸਹੀ ਗੱਲ ਹੈ ਚੱਲ ਸ਼ੁਕਰ ਹੈ ਨੀ ਆਪਣੀ ਕੁੜੀ ਸੌਖੀ ਰਹੂਗੀ ਆਪਾਂ ਕਿਸੇ ਤੋਂ ਕੀ ਲੈਣਾ ਨਾਲੇ ਉਹਨਾਂ ਨੂੰ ਲੱਗੂ ਪਤਾ ਜਦੋਂ ਕੱਲ ਨੂੰ ਦਿੱਤੀ ਦਾਜ ਚ ਗੱਡੀ ਬਾਹਲੀ ਬਣ ਗਈ ਚੱਲ ਆ ਜਾ ਪੁੱਤ ਚੱਲ ਪੁੱਤ ਚੱਲੀ ਫਲਕਾਰੀ ਫਲਕੂਰੀ ਲਾ ਦੇ ਐਵੇਂ ਆਂਢ ਗਵਾਂਢ ਨੂੰ ਆਪਾਂ ਦੱਸਦੇ ਹੀ ਨਹੀਂ ਕੁਛ ਕਿਹੜਾ ਟਾਈਮ ਲਾਤਾ ਦੀਪੀ ਨੇ ਕੁੜੀ ਨੂੰ ਲਿਜਾ ਕੇ ਉੱਥੇ ਨਾਲ ਹੀ ਆਪ ਬਹਿ ਗਏ ਹਜੇ ਤੱਕ ਨਹੀਂ ਆਏ ਨਹੀਂ ਫਿਰ ਉਹਦੇ ਜਵਾਕ ਦੇ ਕੀ ਸਾਰੇ ਜੇ ਹੁਣ ਬਾਲਰ ਅੱਜ ਨੇ ਤਿਆਰ ਕੀਤੀ ਉਹ ਤਾਂ ਕੁੜੀ ਨੂੰ ਉਹ ਲੈ ਕੇ ਆਊਗਾ ਉਹ ਤਾਂ ਪਹਿਲਾਂ ਔਖਾ ਹੋਇਆ ਗਿਆ ਸੀਗਾ ਉਹ ਤੁਸੀਂ ਉੱਤੇ ਜਿਹੜੇ ਬੈਠੇ ਹੋ ਇੱਥੇ ਤੇ ਕੋਈ ਕੰਮ ਕਰ ਲਓ ਉਹਨਾਂ ਦਾ ਫੋਨ ਆਇਆ ਸੀ ਅਗਲੇ ਪਹੁੰਚ ਗਏ ਉੱਥੇ ਕੋਈ ਗੱਲ ਨਹੀਂ ਜੀ ਪਹੁੰਚ ਕੇ ਕੁੜੀ ਨੂੰ ਆ ਜਾਂਦੇ ਹੁਣ ਕੁੜੀ ਨੂੰ ਲੈ ਕੇ ਜਾਵਾਂਗੇ ਅਸੀਂ ਤਾਂ ਆਨੰਦ ਲੈਣੇ ਤੁਹਾਡੀ ਤਾਂ ਉਹੀ ਬੁੜੀਆਂ ਵਾਲੀ ਗੱਲ ਆ ਕਿੱਧਰ ਗਈ ਉਹ ਕਦੋਂ ਪਾਉਣਗੇ ਉਹ ਗਈ ਹੋਈ ਆ ਪਾਰਲਰ ਚ ਬਸ ਉੱਥੋਂ ਤੁਰ ਪਏ ਚਿੰਤਾ ਨਾ ਕਰੋ ਤੁਸੀਂ ਅਸੀਂ ਪਹੁੰਚ ਜਾਂਦੇ ਆ ਤੁਸੀਂ ਜਾਓ ਉਹ ਚਿੰਤਾ ਵਾਲੀ ਤਾਂ ਗੱਲ ਹੁੰਦੀ ਆ ਅਗਲੇ ਨੇ ਜਾ ਕੇ ਕਹਾਂ ਪਾਰਟੀ ਪੁਲਟੀ ਵੀ ਕਰਨੀ ਹੈ ਉਹ ਤਾਂ ਠੀਕ ਆ ਕੋਈ ਨਹੀਂ ਚੱਲ ਤੁਸੀਂ ਦੇਖੋ ਮਾੜਾ ਕੰਮ ਕਰ ਬੰਦਿਆਂ ਕੰਨੀ ਕੋਈ ਨਹੀਂ ਅਸੀਂ ਪਹੁੰਚ ਜਾਂਦੇ ਨੇ ਲੈ ਕੇ ਫੋਨ ਆ ਗਿਆ ਅਗਲੇ ਦਾ ਪਹੁੰਚੇ ਬੈਠੇ ਨੇ ਉਹ ਤਾਂ ਕੋਈ ਨਹੀਂ ਆਉਣੇ ਆ ਆਪਣੇ ਤਰ੍ਹਾਂ ਬੰਦੇ ਬਾਹਲੇ ਰੁੱਖੇ ਨੇ ਜੀ ਨਹੀਂ ਇਹੀ ਆ ਚੱਲ ਕੋਈ ਨਾ ਹੁੰਦਾ ਹੀ ਉਹਨਾਂ ਨੂੰ ਆਇਆ ਵਿਕਾਰ ਦੇ ਹੱਥ ਧਰ ਰੱਖਿਆ ਆਪ ਬੈਠੀਆਂ ਉਹਨਾਂ ਨੂੰ ਐਂ ਜੀ ਲੱਗਦਾ ਨਹੀਂ ਬੈਠੀਆਂ ਕੀ ਆ ਜਦੋਂ ਕੋਈ ਸੱਦਿਆ ਨਹੀਂ ਵਾਸਤਾ ਨਹੀਂ ਹੁਣ ਜਦੋਂ 4 ਜਾਣੇ ਆਗੇ ਕੋਈ ਨਹੀਂ ਹੁਣ ਕੁੜੀ ਆ ਜੂ ਵਗ ਜਾਣੀ ਇਹ ਤਾਂ ਬਾਹਲਾ ਫਿਰ ਤਪਾਉਂਦੇ ਨੇ ਜੀ ਲਾ ਆ ਗਏ ਸ਼ੁਕਰ ਬਾਹਲੇ ਟਾਈਮ ਲਾਤਾ ਪੁੱਤ ਤੂੰ ਤਾਂ ਉੱਥੇ ਉੱਥੇ ਉਹਨੇ ਟਾਈਮ ਵੀ ਬਾਹਲਾ ਲਵਾਇਆ ਮੰਮੀ ਚੱਲ ਕੋਈ ਨਹੀਂ ਪੁੱਤ ਬਹਿ ਜਾ ਲੈ ਬਹੁਤ ਸੋਹਣੀ ਲੱਗਦੀ ਪਰ ਸਾਡੀ ਧੀ ਤਾਂ ਸੋਹਣਾ ਤਿਆਰ ਕਰ ਚੱਲ ਤੂੰ ਤਾਂ ਐਂ ਕਰ ਪੁੱਤ ਗੁਰਦੁਆਰੇ ਚੱਲ ਵੜ ਉੱਥੇ ਮੂਰੇ ਬਰਾਤ ਆ ਗਈ ਆ ਠੀਕ ਹੈ ਚੱਲ ਮੈਂ ਜਾਂਦਾ ਹਾਂ ਜਿਹੜੇ ਵੀ ਆ ਨਾ ਇਧਰ ਆ ਚੱਲ ਵਧੀਆ ਹੋ ਗਿਆ ਚੱਲ ਕੋਈ ਨਹੀਂ ਉੱਤੇ ਹੋ ਕੇ ਬਹਿ ਜਾ ਪੁੱਤ ਕੋਈ ਨਹੀਂ ਚੱਲ ਚੱਲਦੇ ਆ ਫਿਰ 2 ਮਿੰਟ ਇਹਨੂੰ ਚਾਹ ਦੀ ਘੁੱਟ ਪਿਆ ਦਿੰਨੇ ਆ ਕੁੜੀ ਨੂੰ ਹੋਰ ਕੋਈ ਗੱਲ ਨਹੀਂ ਹਾਂ ਫਿਰ ਔਖਾ ਹੋ ਜੂਗਾ ਆ ਹੁਣ ਇਹਦਾ ਡੈਡੀ ਪਤਾ ਨਹੀਂ ਕੀ ਕਹੂਗਾ ਲੈ ਆ ਗਏ ਹਾਂ 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 ਤੇ ਮੇਰੀ ਗੱਲ ਸੁਣੋ ਬਰਾਤ ਆ ਗਈ ਹੈ ਗੁਰਦੁਆਰੇ ਬੈਠੇ ਆ ਉਹ ਤਾਂ ਠੀਕ ਹੈ ਠੀਕ ਹੈ ਤੇ ਇਹਦੀ ਸੱਸ ਆਈ ਜਾਂਦੀ ਹੈ ਘਰੇ ਅੱਛਾ ਹੁਣ ਘਰੇ ਆਈ ਜਾਂਦੀ ਹੈ ਘਰੇ ਆਈ ਜਾਂਦੇ ਆ ਚਲ ਉਹ ਤਾਂ ਅਸੀਂ ਤੁਰਦੇ ਸੀਗੇ ਹੁਣ 5-4 ਮਿੰਟ ਹੋਰ ਲੇਟ ਹੋ ਜਾਗੇ ਫਿਰ ਉਹਦੇ ਨਾਲ ਹੀ ਕੀ ਕਹਿੰਦੇ ਪਹਿਲਾਂ ਚਾਹ ਪਾਣੀ ਪੀਨੇ ਆ ਘਰੇ ਤਾਂ ਆਉਂਦੇ ਆ ਉਹ ਤਾਂ ਆ ਕੇ ਦੱਸਣਗੇ ਇੱਥੇ ਤੇ ਮੜੀ ਤਿਆਰੀ ਕਰੋ ਜਾਂ ਚਾਹ ਪਾਣੀ ਉਹਨਾਂ ਦੇ ਇੱਥੇ ਹੀ ਪੈ ਦਾਂਗੇ ਚਾਹ ਕੋਈ ਨਹੀਂ ਉਹਨੂੰ ਤਾਂ ਪਿਆ ਦਾਂਗੇ ਚਿੰਤਾ ਨਾ ਕਰ ਕੋਈ ਨਹੀਂ ਫਿਰ ਆ ਜਾਂਦੇ ਫਿਰ ਉਹਦੇ ਨਾਲ ਹੀ ਵਗ ਜਾਏ ਕੁੜੀ ਨੂੰ ਲੈ ਕੇ ਚਾਹ ਪੀ ਕੇ ਮੈਂ ਦੇਖਦਾ ਕੰਮ ਜੇ ਫਿਰ ਹੈ ਕੋਈ ਨਹੀਂ ਕੋਈ ਨਾ ਦੇਖ ਲਓ ਨਾਲੇ ਕਹਿੰਦੇ ਸੀ ਨੰਦਾ ਤੋਂ ਬਾਅਦ ਹੀ ਚਾਹ ਪਾਣੀ ਪੀਵਾਂਗੇ ਨਾਲੇ ਘਰ ਨੂੰ ਤੁਰੇ ਆਉਂਦੇ ਫਿਰ ਮੈਂ ਤਾਂ ਸਮਝ ਨਹੀਂ ਆਇਆ ਨਹੀਂ ਕੱਲੀ ਆਉਂਦੀ ਹੋਊਗੀ ਉਹ ਅਗਲੇ ਨੂੰ ਚਾਹ ਹੁੰਦਾ ਕੋਈ ਨਹੀਂ ਆ ਜਾਂਦੇ ਲੈ ਗੱਲ ਸੁਣ ਪੁੱਤ ਤੈਨੂੰ ਬਹੁਤ ਸੋਹਣਾ ਘਰ ਬਾਰ ਮਿਲ ਗਿਆ ਠੀਕ ਹੈ ਚੱਲ ਤੇਰੀ ਕਿਸਮਤ ਲੱਕੀ ਹੈਗੀ ਠੀਕ ਹੈ ਨਾਲੇ ਤੈਨੂੰ ਪਤਾ ਅਗਲੇ ਨੇ ਭੋਰਾ ਕੋਈ ਮੰਗ ਨਹੀਂ ਮੰਗੀ ਜਿੱਥੇ ਚੱਲ ਕੋਈ ਮੰਗ ਮੰਗੀ ਸੀ ਵਾਹਿਗੁਰੂ ਨੇ ਤੇਰਾ ਪਹਿਲੇ ਹੀ ਪੈਂਡਾ ਛੜਾਤਾ ਦੇਖ ਹੁਣ ਤੇਰੇ ਹੱਥ 'ਚ ਸਾਡੀ ਇੱਜ਼ਤ ਰੱਖਣੀ ਕਿਸੇ ਵੀ ਕੰਮ ਕਾਰ ਤੋਂ ਤੇਰੀ ਸੱਸ ਤੋਂ ਕਹਾਂ ਹੀ ਨਾ ਇਹ ਨਾ ਹੋਵੇ ਕੱਲ੍ਹ ਨੂੰ ਅਗਲਾ ਕਿਸੇ ਗੱਲ ਨੂੰ ਲਾਂਬਾ ਦੇ ਦੇ ਤਾਈ ਤੂੰ ਟੈਨਸ਼ਨ ਨਾ ਲੈ ਤੁਹਾਨੂੰ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਉਗਾ ਐ ਤਾਂ ਮੈਨੂੰ ਪਤਾ ਹੈਗਾ ਵੀ ਸਾਡੀ ਲਾਡੋ ਸਾਨੂੰ ਕੋਈ ਲਾਂਬਾ ਨਹੀਂ ਲਵਾਉਂਦੀ ਅੱਜ ਤੈਨੂੰ ਚੱਲ ਲੱਗਿਆ ਉਹ ਲੰਗਿਆ ਲੈ ਸੱਸ ਆ ਗਈ ਅੱਛਾ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਬੈਠੋ ਜੀ ਸਤਿ ਸ਼੍ਰੀ ਅਕਾਲ ਲਾ ਦੇ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਆ ਨਹੀਂ ਮੈਂ ਮਰ ਜਾਂ ਕਿੰਨਾ ਰੂਪ ਚੜ ਗਿਆ ਮੇਰੀ ਲਾਡੋ ਨੂੰ ਹੋਰ ਭੈਣ ਜੀ ਨਾਲ ਸੋਣਾ ਨਹੀਂ ਆ ਰਹੀ ਚਾਹ ਪਾਣੀ ਮੈਂ ਕਹਿੰਦਾ ਬੰਦੇ ਕੱਲੀ ਆਈਆਂ ਵੀ ਚਾਹ ਪਾਣੀ ਤਾਂ ਬਾਅਦ ਚ ਪੀਵਾਂਗੇ ਆਪਾਂ ਅੱਛਾ ਤੇ ਹੋਰ ਠੀਕ ਠਾਕ ਹੋ ਸਾਰੇ ਸਾਰੇ ਠੀਕ ਠਾਕ ਜੀ ਤੁਸੀਂ ਦੱਸੋ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੋਈ ਪਹੁੰਚਣ ਵੇਲੇ ਲੈ ਭੈਣ ਜੀ ਜੇ ਮੈਨੂੰ ਕੋਈ ਦਿੱਕਤ ਹੁੰਦੀ ਮੈਂ ਤਾਂ ਵੀ ਨਹੀਂ ਸਿਗਾਲ ਦੀ ਇੱਥੇ ਆਉਣ ਦੀ ਬਾਤ ਸਹੀ ਗੱਲ ਹੈ ਚਲ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਹਾਂ ਪਾਣੀ ਲਿਓ ਭੈਣ ਜੀ ਤੁਸੀਂ ਤਾਂ ਐਵੇਂ ਨੰਦਾ ਦਾ ਕਰ ਲਿਆ ਮੈਂ ਤਾਂ ਆਖਦੀ ਸੀ ਚੁੰਨੀ ਚੜਾ ਕੇ ਲੈ ਜਾਵਾਂਗੇ ਚਲੋ ਜੀ ਫਿਰ ਨੰਦਾ ਦਾ ਥੋੜਾ ਜਿਹਾ ਹੁੰਦਾ ਗਾ ਵੀ ਚੱਲ ਕੋਈ ਨਹੀਂ ਨੰਦ ਤਾਂ ਆ ਲਓ ਭੈਣ ਜੀ ਪਾਣੀ ਪੀ ਮੈਂ ਤਾਂ ਕਹਿੰਦੀ ਸੀ ਕਾਹਨੂੰ ਬਾਹਲਾ ਖਰਚਾ ਕਰਨਾ ਸੀ ਮੈਂ ਤਾਂ ਕਹਿੰਦੀ ਸੀ ਕੋਈ ਨਹੀਂ ਜੀ ਨੰਦਾ ਤੇ ਕਿਹੜਾ ਖਰਚਾ ਹੋਣਾਗਾ ਚੱਲ ਕੋਈ ਨਹੀਂ ਉਧਰੋਂ ਗੁਰਦੁਆਰੇ 'ਚ ਹੀ ਤੋਰ ਦਾਂਗੇ ਮੈਨੂੰ ਪਤਾ ਤੁਸੀਂ ਪਾਰਟੀ ਰੱਖੀ ਬੈਠੇ ਹੋ ਅਸੀਂ ਤੁਹਾਨੂੰ ਲੇਟ ਨਹੀਂ ਕਰਾਉਂਦੇ ਨਾਲੇ ਆਪਣੇ ਪੰਜਾਬੀਆਂ ਦਾ ਇਹ ਵੀ ਤਾਂ ਗੱਲ ਜ਼ਰੂਰੀ ਆ ਵੀ ਨੰਦ ਕਾਰਜ ਤਾਂ ਹੋਣੇ ਹੋਣੇ ਆ ਹਾਂ ਆ ਫੋਨ ਕਿਹਦਾ ਹੈ ਇਹ ਉਹਨਾਂ ਦਾ ਫੋਨ ਆਈ ਜਾਂਦਾ ਮੈਂ ਕਹਿੰਦੀ ਆ ਜਾ ਬਾਈ ਨਾਲ ਗੱਲ ਕਰਾਈਏ ਆਪਾਂ ਅੱਛਾ ਅੱਛਾ ਮੜੇ ਆ ਜਾ ਹਾਂ ਚਲੋ ਬੈਠੋ ਭੈਣ ਜੀ ਹਾਂ ਆਉਣੇ ਆ ਆਉਣੇ ਆ
ठीक है फिर असी की करिए, असी तो आपकी कुड़ी ब्याह के तोरती, तू फिरदी रह हुण कच्छा बजाउंदी। आहो आहो असी जे पैलेस कोई कीता होऊ तां ही तैनू कोई बड़न देऊ। हुण लैला जिहड़ी तैनू कोई फारचूनर दिंदा हैगा, मुड़ जाओ असी की करना है, साडा तां जवाब है असी तां आपकी कुड़ी तोरती भाई। चल चंगा सत श्री अकाल, लै फड़। हाँ तो वधिया हो गया, बाई दी गल सच्ची हो गई, कुड़ी भी तोरती मेरी धी नाले गड्डी भी दियो। हाँ वड्डी ब्रीजा दे दियो सानू, तो मूँह पाड़ के शंपा पा दे साडे ते पवाला शंपा, नाले लगू पता, नाले इहे जी नू देख के चार होर सुधरनगे भी हाँ राज दिंदे किवें आ। मैं तो कहनी हाँ जे अपने वांगू सारे लग जान करन ना है तो सारे सुधर जान, नाले अपनी इज्जत रहेगी। हाँ जेडे चांबले ने देना तां दी धी नू सारा नहीं हुंदा। मेरी गल सुन, हुण तुसी गल्ला ना करो, उनू चाह पानी पियो ते आपां गुरुद्वारा साहब चलिए। हाँ सही गल है, चल चल आपां पी लैणा की पैलेस च। हाँ जी दोस्तो सत श्री अकाल, हुणे हुणे तुसी साडी वीडियो देख के हटे हो, वीडियो कहो जी लगी अपने विचार कमेंटा दे विच जरूर दस्या करो, जिहड़े दोस्तां ने चैनल सबसक्राइब नहीं किया वो चैनल नूं जरूर सबसक्राइब कर लियो, नाल दित्ती बैल जरूर दबा लिया करो तां जो तुहाडे कोल साडियां नवीं नवीं वीडियो की नोटिफिकेशन पहुँच सके। वीडियो वधिया लगदी हुंदी है तां अपने दोस्तों के विच शेयर जरूर कर दिया करो। धन्यवाद दोस्तों, सत श्री अकाल।